ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਦੀਪ ਟਾਕ ਕੈਨੇਡਾ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਹੈਗੀ ਨੋਵਾ ਸਕੋਸ਼ਾ ਲਾਇਸੈਂਸ ਦੇ ਬਾਰੇ ਵਿੱਚ ਕਿ ਜਿਹੜਾ ਇੱਥੇ ਆਪਣਾ ਕਲਾਸ 5 ਦਾ ਜਿਹੜਾ ਆਪਾਂ ਕਾਰ ਦਾ ਲਾਇਸੈਂਸ ਕਹਿੰਦੇ ਨੇ ਆਟੋਮੋਬਾਈਲ ਦਾ ਉਹਦਾ ਕੀ ਪ੍ਰੋਸੀਜਰ ਹੁੰਦਾ ਉਹਦੇ ਲਈ ਅੱਜ ਆਪਾਂ ਦੋ ਕੈਟਾਗਰੀਜ਼ ਦੀ ਮੇਨ ਗੱਲ ਕਰਾਂਗੇ ਇੱਕ ਕੈਟਾਗਰੀ ਦੇ ਵਿੱਚ ਉਹ ਲੋਕ ਹੋਣਗੇ ਜਿਹੜੇ ਨੋਵਾ ਸਕੋਸ਼ਾ ਦੇ ਵਿੱਚ ਹੀ ਲੈਂਡ ਹੋਏ ਨੇ ਜਿਵੇਂ ਆਪਣੇ ਸਟੂਡੈਂਟ ਹੋਗੇ ਜਾਂ ਹੋਰ ਜਿਵੇਂ ਆਪਣੇ ਐਪਲੀਕੈਂਟਸ ਨੇ ਜਿਹੜੇ ਪੀਆਰ ਇੱਥੇ ਲੈਂਡ ਹੋ ਰਹੇ ਨੇ ਉਹ ਤੋਂ ਬਾਅਦ ਜਿਹੜੇ ਦੂਜੇ ਪ੍ਰੋਵਿੰਸਸ ਤੋਂ ਮੂਵ ਹੁੰਦੇ ਨੇ ਜਿਹੜੇ ਵਰਕ ਪਰਮਿਟਸ ਦੇ ਉੱਤੇ ਮੂਵ ਹੁੰਦੇ ਨੇ ਜਾਂ ਜਿਹੜੇ ਪੀਆਰ ਦੇ ਕੇਸਿਸ ਲਈ ਇੱਥੇ ਮੂਵ ਹੁੰਦੇ ਨੇ ਉਹਨਾਂ ਦੇ ਲਈ ਲਾਇਸੈਂਸ ਦਾ ਕੀ ਪ੍ਰੋਸੀਜਰ ਹੋਊਗਾ ਵੈਸੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲਾਇਸੈਂਸ ਦਾ ਜਿਹੜਾ ਪ੍ਰੋਸੀਜਰ ਹੈ ਬਹੁਤ ਹੀ ਨਾਰਮਲ ਹੁੰਦਾ ਜਦੋਂ ਆਪਾਂ ਦੂਜੀ ਪ੍ਰੋਵਿੰਸ ਦੇ ਵਿੱਚ ਮੂਵ ਹੁੰਨੇ ਆ ਆਪਾਂ ਨੂੰ ਜਸਟ ਐਕਸਚੇਂਜ ਕਰਵਾਉਣਾ ਪੈਂਦਾ ਬਟ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਜਿਹੜਾ ਟੌਪਿਕ ਹੈ ਉਹਨੂੰ ਲਾਈਟ ਅਪ ਕਰਨ ਦੀ ਥੋੜਾ ਬਹੁਤ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਟੂਡੈਂਟਸ ਦੀ ਜਿਹੜੇ ਇੱਥੇ ਐਜ਼ ਅ ਸਟੂਡੈਂਟ ਮੂਵ ਹੋਣਗੇ ਜਾਂ ਲੈਂਡ ਹੋਣਗੇ ਨੋਵਾ ਸਕੋਸ਼ੀਆ ਦੇ ਵਿੱਚ ਉਹਨਾਂ ਦੇ ਲਈ ਲਾਇਸੈਂਸ ਦਾ ਕੀ ਪ੍ਰੋਸੀਜਰ ਹੋਊਗਾ ਸੋ ਇੱਥੇ ਨੋਵਾ ਸਕੋਸ਼ੀਆ ਐਕਸੈਸ ਕਰਕੇ ਸੈਂਟਰ ਹੁੰਦੇ ਨੇ ਜਿਹੜੇ ਕਿ ਆਪਾਂ ਇੰਡੀਆ ਦੇ ਵਿੱਚ ਆਪਾਂ ਸਹੂਦਾ ਸੈਂਟਰ ਵੀ ਕਹਿ ਦਿੰਨੇ ਆ ਜਿੱਥੇ ਸਾਰੀਆਂ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਲਾਇਸੈਂਸ ਹੋ ਗਿਆ ਗੱਡੀ ਦੀ ਰਜਿਸਟ੍ਰੇਸ਼ਨ ਹੋਊਗੀ ਜਾਂ ਹੋਰ ਜਿਹੜੀਆਂ ਨਿੱਕੀਆਂ ਮੋਟੀਆਂ ਆਪਣੀਆਂ ਸਹੂਲਤਾਂ ਨੇ ਸਾਰੀਆਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੇ ਉੱਥੇ ਵਿਜ਼ਿਟ ਕਰਨਾ ਬਟ ਆਪਾਂ ਨੇ ਕਰਨਾ ਅਪਾਇੰਟਮੈਂਟ ਦੇ ਨਾਲ ਆਨਲਾਈਨ ਆਪਾਂ ਅਪਾਇੰਟਮੈਂਟ ਬੁ ਵੈਬਸਾਈਟ ਮੈਂ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕਰ ਦੂੰਗਾ ਕਿ ਤੁਸੀਂ ਕਿੱਥੇ ਜਾ ਕੇ ਆਪਣੀ ਜਿਹੜੀ ਆਨਲਾਈਨ ਅਪਾਇੰਟਮੈਂਟ ਹੈਗੀ ਹੈ ਜਿਹੜੀ ਉਹ ਬੁੱਕ ਕਰਵਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹਦੇ ਲਈ ਥੋੜੀਆਂ-ਬਹੁਤ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਨੇ ਅਗਰ ਤੁਸੀਂ ਨਿਊ ਲਾਇਸੈਂਸ ਅਪਲਾਈ ਕਰ ਰਹੇ ਹੋ ਜਿਵੇਂ ਕਿ ਤੁਹਾਡੀ ਉਮਰ ਹੈਗੀ ਹੈ ਜਿਹੜੀ ਉਹ 18 ਸਾਲਾਂ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਤੁਹਾਡਾ ਤੁਸੀਂ ਮੈਡੀਕਲ ਫਿਟ ਹੋਣਾ ਚਾਹੀਦਾ ਹੈ ਤੁਹਾਡਾ ਜਿਹੜਾ ਆਈ ਵਿਜ਼ਨ ਹੈਗਾ ਇਹ ਉਹ ਪ੍ਰੋਪਰ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਣਾ ਲਰਨਰ ਲਾਇਸੈਂਸ ਹੈਗਾ ਆ ਉਹ ਅਪਲਾਈ ਕਰਨਾ ਹੁੰਦਾ ਆ ਉਹਦੇ ਲਈ ਤੁਸੀਂ ਕਿਸੇ ਸਕੂਲ ਦੇ ਵਿੱਚੋਂ ਵੀ ਜਿਹੜਾ ਡਰਾਈਵਿੰਗ ਸਕੂਲ ਹੁੰਦੇ ਨੇ ਉੱਥੋਂ ਵੀ ਆਪਣੀ ਕੋਚਿੰਗ ਲੈ ਸਕਦੇ ਹੋ ਕਲਾਸਿਸ ਲਾ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਲਰਨਿੰਗ ਲਾਇਸੈਂਸ ਜਿਹੜਾ ਹੈਗਾ ਨੌਲੇਜ ਟੈਸਟ ਤੋਂ ਬਾਅਦ ਜਿਹੜਾ ਕਿ ਆਪਣਾ ਰਿਟਨ ਟੈਸਟ ਹੁੰਦਾ ਆ ਉਸ ਤੋਂ ਬਾਅਦ ਤੁਹਾਨੂੰ ਆਪਣਾ ਲਰਨਰ ਲਾਇਸੈਂਸ ਜਿਹੜਾ ਮਿਲ ਜਾਂਦਾ ਉਸ ਤੋਂ ਬਾਅਦ ਤੁਸੀਂ ਆਪਣਾ ਰੋਡ ਟੈਸਟ ਦਾ ਐਗਜ਼ਾਮ ਦੇਣਾ ਹੁੰਦਾ ਆ ਸੋ ਇਹ ਪੂਰਾ ਪ੍ਰੋਸੀਜਰ ਹੁੰਦਾ ਆ ਨਵੇਂ ਸਟੂਡੈਂਟਸ ਵਾਸਤੇ ਜਾਂ ਨਵੇਂ ਐਪਲੀਕੈਂਟਸ ਵਾਸਤੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈਗਾ ਸੋ ਮੈਂ ਇੱਕ ਵਾਰੀ ਦੁਬਾਰਾ ਰੀਕੈਪ ਕਰ ਦਨਾਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਲਰਨਰ ਲਾਇਸੈਂਸ ਲੈਣਾ ਪਊਗਾ ਇੱਥੇ ਕਾਫੀ ਤਰ੍ਹਾਂ ਦੇ ਡਰਾਈਵਿੰਗ ਸਕੂਲ ਹੁੰਦੇ ਨੇ ਤੁਸੀਂ ਆਪਣੇ ਆਪ ਨੂੰ انرੋਲ ਕਰਵਾ ਕੇ ਉਹਦੇ ਵਿੱਚ ਆਪਣਾ ਲਰਨਰ ਲਾਇਸੈਂਸ ਜਿਹੜਾ ਹੈਗਾ ਇਹੋ ਅਕਵਾਇਰ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣਾ ਰੋਡ ਟੈਸਟ ਦੇਣਾ ਹੁੰਦਾ ਆ ਲਰਨਰ ਲਾਇਸੈਂਸ ਦੇ ਲਈ ਤੁਹਾਨੂੰ ਜਸਟ ਅ ਰਿਟਨ ਟੈਸਟ ਦੇਣਾ ਹੁੰਦਾ ਆ ਉਹ ਕੋਈ ਐਡਾ ਹਾਰਡ ਐਂਡ ਫਾਸਟ ਰੂਲ ਨਹੀਂ ਹੁੰਦਾ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਲਰਨਰ ਲਾਇਸੈਂਸ ਦੇ ਉੱਤੇ ਵੀ ਜਾਂ ਨੌਲੇਜ ਟੈਸਟ ਦੇ ਉੱਤੇ ਵੀ ਇੱਕ ਵੀਡੀਓ ਬਣਾਵਾਂ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਉਹਨ ਜਿਹੜੇ ਇੱਥੇ ਵਰਕ ਪਰਮਿਟ ਦੇ ਬੇਸਿਸ ਤੇ ਮੂਵ ਹੁੰਦੇ ਨੇ ਜਾਂ ਪੀਆਰ ਦੇ ਕੇਸਿਸ ਲਈ ਇੱਥੇ ਮੂਵ ਹੁੰਦੇ ਨੇ ਉਹਨਾਂ ਨੂੰ ਆਪਣਾ ਲਾਇਸੈਂਸ ਕਿਵੇਂ ਐਕਸਚੇਂਜ ਕਰਾਉਣਾ ਪੈਂਦਾ ਸੋ ਅਗਰ ਤੁਹਾਡੇ ਕੋਲ ਜੀ ਲਾਇਸੈਂਸ ਹੈ ਜਿਵੇਂ ਕਿ অন্ਟਾਰੀਓ ਦੇ ਵਿੱਚ ਜੀ ਲਾਇਸੈਂਸ ਹੁੰਦਾ ਜਾਂ ਤੁਹਾਡੇ ਕੋਲ ਕਲਾਸ 5 ਲਾਇਸੈਂਸ ਹੈ ਤਾਂ ਉਹ ਇੱਥੇ ਵੀ ਕਲਾਸ 5 ਦੇ ਵਿੱਚ ਕਨਵਰਟ ਹੋ ਜਾਂਦਾ ਸੋ ਉਹ ਜਿਹੜਾ ਤੁਹਾਡਾ ਲਾਇਸੈਂਸ ਹੈਗਾ ਤੁਹਾਡੇ ਕੋਲ ਜੀ ਲਾਇਸੈਂਸ ਹੈ ਤਾਂ ਉਹ ਇੱਥੇ ਕਲਾਸ 5 ਦੇ ਵਿੱਚ ਕਨਵਰਟ ਹੋ ਜਾਂਦਾ ਬਟ ਅਗਰ ਤੁਹਾਡੇ ਕੋਲ ਜੀ ਲਾਇਸੈਂਸ ਨਹੀਂ ਹੈਗਾ ਤਾਂ ਤੁਹਾਨੂੰ ਸਾਰਾ ਪ੍ਰੋਸੈਸ ਜਿਹੜਾ ਉਹ ਦੁਬਾਰਾ ਕਰਨਾ ਪੈਂਦਾ ਜਾ ਤੁਸੀਂ ਇਹ ਤੇ ਨੌਲੇਜ ਟੈਸਟ ਦੁਬਾਰਾ ਦੇ ਕੇ ਆਪਣਾ ਲਾਇਸੈਂਸ ਲੈ ਸਕਦੇ ਹੋ ਸੋ ਇਹਦੇ ਰਿਗਾਰਡਿੰਗ ਅਗਰ ਤੁਹਾਡਾ ਕੋਈ ਵੀ ਕੁਐਸਚਨ ਹੈ ਜਾਂ ਤੁਹਾਡਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਡੀਪ ਟਾਕ ਕੈਨੇਡਾ ਦੇ ਉੱਤੇ ਮੈਸੇਜ ਵੀ ਕਰ ਸਕਦੇ ਹੋ ਧੰਨਵਾਦ